ਇੱਥੇ ਹੀ ਸਾਡੇ ਮੰਤਾਰ ਬਰਾੜ ਨੂੰ ਅਕਾਲੀ ਦਲ ਬੰਦਿਆਂ ਨੇ ਇੱਥੇ ਬੁਲਾਇਆ ਜੀ, ਮੀਟਿੰਗ ਕਰ ਰਹੇ ਆ। ਉਸ ਮੀਟਿੰਗ ਦਾ ਅਸੀਂ ਡਟ ਕੇ ਵਿਰੋਧ ਕਰਦੇ ਹਾਂ। ਸਾਰੇ ਕਿਸਾਨ ਜਿੰਨੀਆਂ ਕਿਸਾਨ ਬੰਦੀਆਂ ਹੈਗੀਆਂ, ਅਸੀਂ 4-5 ਕਿਸਾਨ ਬੰਦੀਆਂ ਇੱਥੇ ਇਕੱਠੇ ਹੋਏ ਹਾਂ। ਅਸੀਂ ਇਹਨਾਂ ਦਾ ਡਟ ਕੇ ਵਿਰੋਧ ਕਰਾਂਗੇ। ਕੋਈ ਅਕਾਲੀ ਆਵੇ, ਕੋਈ ਕਾਂਗਰਸੀ ਆਵੇ, ਕੋਈ ਬੀਜੇਪੀ ਆਵੇ, ਕੋਈ ਵੀ ਆਮ ਪਾਰਟੀ ਦਾ ਆਵੇ, ਅਸੀਂ ਆਈ ਵਿਰੋਧ ਕਰਦੇ ਰਵਾਂਗੇ, ਇਹਨਾਂ ਦਾ ਡਟ ਕੇ ਵਿਰੋਧ ਕਰਾਂਗੇ। ਜਿੰਨਾ ਚਿਕਰ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ, ਉਨਾ ਚਿਕਰ ਸਾਡਾ ਵਿਰੋਧ ਆਈ ਚੱਲਦਾ ਰਹੂਗਾ, ਆਈ ਡਟੇ ਰਵਾਂਗੇ, ਉਨਾ ਚਿਕਰ ਅਸੀਂ ਨਹੀਂ ਰੁਕਾਂਗੇ। ਇਹਨਾਂ ਦੇ ਬੰਦੇ ਵਿੱਚ ਛੱਡ ਦਿੰਦੇ ਆ, ਇਹ ਆਪਦੇ ਅਕਾਲੀ ਬੰਦੇ ਵਿੱਚ ਛੱਡ ਦਿੰਦੇ ਆ, ਕਾਂਗਰਸੀ ਆਪਦੇ ਬੰਦੇ ਛੱਡ ਦਿੰਦੇ ਆ, ਉਹ ਸਾਡੇ ਵਰਗੇ ਕਿਸਾਨਾਂ ਬੰਦਿਆਂ ਨੂੰ ਇਹਦੇ ਵਿੱਚ ਬਦਨਾਮ ਕਰਦੇ ਆ, ਹੋਰ ਇਹਦੇ ਵਿੱਚ ਅਕਾਲੀ ਕਾਂਗਰਸੀ ਵਿੱਚ ਪਾ ਕੇ ਵੜ ਜਾਂਦੇ ਆ, ਤਾਂ ਕਰਕੇ ਇਹ ਕਹਿ ਦਿੰਦੇ। ਸਾਡੀ ਹੁਣ ਮੀਟਿੰਗ ਹੈ, ਅਸੀਂ ਜਦੋਂ ਪ੍ਰੋਗਰਾਮ ਚਾਲੂ ਕੀਤਾ ਆਪਦਾ, ਅਸੀਂ ਜਦੋਂ ਡਾਕਟਰ ਮਹਿੰਦਰਪਾਲ ਜੀ ਦਾ ਜੋ ਸੰਯੁਕਤ ਮੋਰਚੇ ਦੇ ਕਨਵੀਨਰ ਹੈ, ਰਾਜੇਵਾਲ ਸਾਹਿਬ ਦਾ, ਅਗਰਾਹਾਂ ਸਾਹਿਬ ਦਾ, ਜਥੇਬੰਦੀਆਂ ਦੇ ਹੋਰ ਆਗੂਆਂ ਦੇ ਜਦੋਂ ਆ ਗਿਆ ਕਿ ਅਸੀਂ ਕੱਲੀ ਬੀਜੇਪੀ ਦਾ ਵਿਰੋਧ ਕਰਨਾ, ਅਸੀਂ ਹੋਰ ਕਿਸੇ ਪਾਰਟੀ ਦਾ ਵਿਰੋਧ, ਉਦੋਂ ਬਾਅਦ ਅਸੀਂ ਆਪਦੇ ਪ੍ਰੋਗਰਾਮ ਆਰੰਭ ਕੀਤੇ ਆ। ਹੁਣ ਇਹ ਸਾਨੂੰ ਨਹੀਂ ਪਤਾ ਗਾ ਵੀ ਇਹ ਉਹਨਾਂ ਜਥੇਬੰਦੀਆਂ ਦੀ ਮੰਨਦੇ ਆ ਕਿ ਨਹੀਂ ਮੰਨਦੇ, ਸੰਯੁਕਤ ਮੋਰਚੇ ਵਾਲੇ ਹੈ ਕਿ ਨਹੀਂ ਹੈ, ਪਤਾ ਨਹੀਂ ਸਾਨੂੰ ਇਸ ਗੱਲ ਦਾ। ਸਾਡਾ ਤਾਂ ਪ੍ਰੋਗਰਾਮ ਹੈਗਾ ਬਾਦਲ ਸਾਹਿਬ ਦਾ, ਉਹਨਾਂ ਨੇ 9 ਤਰੀਕ ਤੱਕ ਦੇ ਪ੍ਰੋਗਰਾਮ ਰੱਦ ਕੀਤੇ ਆ। ਸਾਡੀ 3 ਮੈਂਬਰੀ ਕਮੇਟੀ ਬਣਾਈ ਹੈ, ਬਲਵਿੰਦਰ ਸਿੰਘ ਜੀ ਭੁੰਦੜ, ਪ੍ਰੋਫੈਸਰ ਚੰਦੂ ਮਾਜਰਾ ਜੀ ਅਤੇ ਮਨਜਿੰਦਰ ਸਿੰਘ ਜੀ ਸਿਰਸਾ, ਉਹ ਫਿਰ ਉੱਥੇ ਗੱਲ ਕਰਨਗੇ। ਜੇ ਉਹਨਾਂ ਨੇ ਭਾਈ ਸਾਨੂੰ ਰੋਕਤਾ ਪਾਰਟੀ ਨੇ ਕੋਈ ਫੈਸਲਾ ਲੈਣਾ ਤਾਂ ਅਸੀਂ ਰੁਕ ਜਾਵਾਂਗੇ। ਜੇ ਉਹਨਾਂ ਨੇ ਆਖਿਆ ਤਾਂ ਕਿ ਨਹੀਂ ਸਾਡਾ ਵਿਰੋਧ ਨਹੀਂ, ਤਾਂ ਫਿਰ ਅਸੀਂ ਜੇ ਵਿੱਚ ਆਮ ਵਾਲੇ ਬੰਦੇ ਆ ਜਾਣ ਜਾਂ ਕਾਂਗਰਸ ਵਾਲੇ ਬੰਦੇ ਆ ਕੇ ਕਿਸਾਨ ਬਣ ਕੇ ਬੈਠ ਜਾਣ, ਫਿਰ ਉਹ ਤਾਂ ਗਲਤ ਗੱਲ ਹੈ ਨਾ।